ਉਧਰ ਅਕਾਲੀ ਦਲ ਦੇ ਸਾਬਕਾ ਮੰਤਰੀ ਸੁੱਚਾ ਸਿੰਘ ਲੰਗਾ ਨੇ ਇਹਨਾਂ ਦੋਸ਼ਾਂ ਤੋਂ ਇਨਕਾਰ ਕੀਤਾ। ਅਸੀਂ ਕਹਿੰਦੇ ਹਾਂ ਅਜੇ ਇਲੈਕਸ਼ਨ ਸ਼ੁਰੂ ਹੀ ਨਹੀਂ ਹੋਈ, ਅਜੇ ਤਾਂ ਇਲੈਕਸ਼ਨ ਕੋਈ ਸ਼ੁਰੂ ਹੀ ਨਹੀਂ ਹੋਈ, ਉਹਦਾ ਪ੍ਰੋਸੈਸ ਹੀ ਅਜੇ ਸ਼ੁਰੂ ਹੋਣਾ ਮੈਂ, ਅਤੇ ਜਦੋਂ ਪ੍ਰੋਸੈਸ ਸ਼ੁਰੂ ਹੋਏਗਾ ਉਦੋਂ ਆਪਾਂ ਕਿਤੇ, ਮੈਂ ਤਾਂ ਮਨ ਵੀ ਬਣਾਇਆ ਵੀ ਪਿੰਡਾਂ ਵਿੱਚ ਨਹੀਂ ਮੈਂ ਜਾਣਾ ਇਲੈਕਸ਼ਨ 'ਚ, ਵੀ ਪਿੰਡਾਂ ਵਿੱਚ ਫਸਾਦ ਹੋਣਗੇ। ਇਹਨਾਂ ਦਾ ਤਾਂ ਆਪਣੇ ਜਿਹੜੀ ਸੋਚ ਆ ਉਹ ਹੈ ਕਿ ਪਿੰਡਾਂ 'ਚ ਲੜਾਈ ਕਰੀਏ ਬੂਥਾਂ 'ਤੇ ਜਾ ਕੇ, ਅਸੀਂ ਬਿਲਕੁਲ ਕੋਈ ਗੱਲ ਨਹੀਂ, ਲੋਕ ਮਨ ਬਣਾ ਰਹੇ ਨੇ ਕਿ ਅਸੀਂ ਇਕੱਠਿਆਂ ਰਹਿ, ਕੋਈ ਸਹੁੰ ਵਾਲੀ ਗੱਲ ਨਹੀਂ ਗੀ। ਅਰਦਾਸ ਬੇਨਤੀ ਲੋਕ ਆਪਣੇ ਕੈਂਡੀਡੇਟਾਂ ਦੇ ਨਾਲ ਕਰੀ ਜਾ ਰਹੇ ਨੇ, ਉਹਦੇ ਵਿੱਚ ਸਾਡਾ ਕੋਈ ਲੈਣਾ ਦੇਣਾ ਨਹੀਂ, ਅਸੀਂ ਤਾਂ ਇੱਕ ਮਜ਼ਬੂਤ ਸ਼ਾਂਤਮਈ ਰਾਜ ਦੇਵਾਂਗੇ। ਖਬਰਾਂ ਦੀ ਦੁਨੀਆ ਵਿੱਚ ਆਓ ਸਾਡੇ ਨਾਲ, ਕਦੇ ਵੀ ਤੇ ਕਿਤੋਂ ਵੀ ਜੁੜੋ। ਆਪਾਂ ਮਿਲਾਂਗੇ ਫੇਸਬੁੱਕ ਤੇ, ਅਸੀਂ ਦੇਖਾਂਗੇ ਯੂਟਿਊਬ ਤੇ, ਸਾਨੂੰ ਫੋਲੋ ਕਰੋ ਟਵਿੱਟਰ ਤੇ। ਖਬਰਾਂ ਨਾਲ ਜੁੜੇ ਰਹੋ ਦਿਨ ਰਾਤ।